ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਹਾਡਾ ਨਵੀਂ ਵੀਡੀਓ ਵਿੱਚ ਸਵਾਗਤ ਹੈ। ਇਸ ਵੀਡੀਓ 'ਚ ਮੈਂ ਤੁਹਾਨੂੰ ਦੱਸੂੰਗਾ ਕਿ ਤੁਸੀਂ ਆਪਣੇ ਪੈਨਸਿਲ ਕਲਰ ਨਾਲ ਕਿੱਦਾਂ ਸ਼ੇਡ ਕਰ ਸਕਦੇ ਹੋ। ਪਹਿਲਾਂ ਤੁਸੀਂ ਆਹ ਵੀਡੀਓ ਵਿੱਚ ਵੇਖ ਰਹੇ ਹੋ ਕਿ ਮੈਂ ਦੋ ਮੈਥਡ ਅਪਲਾਈ ਕਰਕੇ ਪੈਨਸਿਲ ਕਲਰ ਨੂੰ ਬਲੈਂਡ ਕਰ ਰਿਹਾ। ਪਹਿਲਾਂ ਮੈਂ ਵਰਟੀਕਲ ਜਾ ਰਿਹਾ ਹਾਂ, ਫਿਰ ਮੈਂ ਬਲੈਂਡ ਕਰ ਰਿਹਾ ਹਾਂ। ਤੁਸੀਂ ਇਹ ਵੇਖ ਸਕਦੇ ਹੋ ਇਸ ਵੀਡੀਓ ਵਿੱਚ, ਇਹ ਥੋੜ੍ਹੀ ਮੈਂ ਫਾਸਟ ਕੀਤੀ ਹੈ ਛੋਟੀ ਵੀਡੀਓ ਬਣਾਉਣ ਵਾਸਤੇ। ਤੁਹਾਨੂੰ ਮੈਂ ਬੋਲ ਕੇ ਦੱਸ ਦੇਵਾਂਗੀ ਤੁਸੀਂ ਕਿੱਦਾਂ ਬਲੈਂਡ ਕਰ ਸਕਦੇ ਹੋ। ਪਹਿਲਾਂ ਤੁਸੀਂ ਕੋਈ ਵੀ ਪੈਨਸਿਲ ਕਲਰ ਲੈਣਾ ਹੈ, ਪਹਿਲਾਂ ਉਹਨੂੰ ਫਿੱਕਾ ਫਿੱਕਾ ਉੱਤੇ ਸ਼ੇਡ ਕਰ ਲੈਣਾ ਹੈ, ਲੇਅਰ ਬਾਏ ਲੇਅਰ ਸ਼ੇਡ ਕਰ ਲੈਣਾ ਹੈ। ਫਿਰ ਦੂਜੀ ਪੈਨਸਿਲ ਕਲਰ ਲੈਣਾ ਹੈ, ਉਹਨੂੰ ਹੋਰੀਜੈਂਟਲੀ ਜਾਂ ਵਰਟੀਕਲੀ ਜਿੱਦਾਂ ਤੁਸੀਂ ਕਰ ਸਕਦੇ ਹੋ ਉੱਦਾਂ ਕਰਨਾ ਹੈ, ਬਲੈਂਡ ਕਰਨਾ ਹੈ। ਤੁਸੀਂ ਫਿਰ ਇੱਕ ਕੋਈ ਡਾਰਕ ਕਲਰ ਲੈ ਕੇ ਤੁਸੀਂ ਆਪਣੇ ਜਿਹੜੀ ਸ਼ੇਡਿੰਗ ਨੂੰ ਹੋਰ ਡਾਰਕ ਕਰ ਸਕਦੇ ਹੋ, ਜਿਸ ਕਾਰਨ ਉਹ ਵਧੀਆ ਬਲੈਂਡ ਹੋ ਜਾਵੇਗਾ। ਤੁਸੀਂ ਇਸ ਵੀਡੀਓ ਵਿੱਚ ਵੇਖ ਸਕਦੇ ਹੋ ਆਪ ਕਿੱਦਾਂ ਮੈਂ ਬਲੈਂਡ ਕਰ ਰਿਹਾ ਹੌਲੀ ਹੌਲੀ। ਪਹਿਲਾਂ ਵਰਟੀਕਲੀ ਜਾਣਾ ਹੈ, ਫਿਰ ਹੋਰੀਜੈਂਟਲੀ ਜਾਣਾ ਹੈ, ਫਿਰ ਤੁਹਾਨੂੰ ਆਪੇ ਸਮਝ ਲੱਗ ਜਾਵੇਗੀ ਕਿ ਤੁਸੀਂ ਕਿੱਦਾਂ ਇਸਨੂੰ ਬਲੈਂਡ ਕਰਨਾ ਹੈ। ਸੋ ਇਹੋ ਮੇਰੀ ਵੀਡੀਓ ਸੀ, ਸਤਿ ਸ਼੍ਰੀ ਅਕਾਲ। ਤੁਸੀਂ ਹੁਣ ਅੱਗੇ ਵੇਖ ਸਕਦੇ ਹੋ ਸਾਰਾ ਇਹ ਪੋਰਟਰੇਟ ਦੀ ਵੀਡੀਓ, ਮੈਂ ਕੱਲ੍ਹ ਪਾਵਾਂਗਾ ਸਾਰੇ ਪੋਰਟਰੇਟ ਦੀ ਵੀਡੀਓ। ਤੁਸੀਂ ਜ਼ਰੂਰ ਵੇਖਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਦੇ ਆਈਕਨ ਨੂੰ ਜ਼ਰੂਰ ਦਬਾ ਦਿਓ ਅਤੇ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਓ ਅਤੇ ਕਮੈਂਟ ਵੀ ਕਰ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ, ਅਤੇ ਪੂਰੀ ਵੀਡੀਓ ਜ਼ਰੂਰ ਦੇਖਿਓ। ਸਤਿ ਸ਼੍ਰੀ ਅਕਾਲ।